ਦਾਖਾ ਜੀ ਟਿਕਟ ਕੱਟੀ ਗਈ ਆ ਤੁਸੀਂ ਟਿਕਟ ਦੀ ਡਿਮਾਂਡ ਕੀਤੀ ਸੀ ਜਗਰਾਉ ਹਲਕੇ ਤੋਂ ਸੋ ਕਿਸ ਤਰ੍ਹਾਂ ਦੇਖਦੇ ਹੋ ਇਸ ਵੇਲੇ ਮੇਰੇ ਨਾਲ ਬੇਇਨਸਾਫੀ ਹੋਈ ਆ ਔਰ ਜਿਹੜੇ ਸਰਦਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਨੇ ਉਹਨਾਂ ਨੇ ਜਿਹੜਾ ਆਮ ਆਦਮੀ ਪਾਰਟੀ ਦਾ ਭਗੌੜਾ ਜਿਹੜਾ ਰਾਏਕੋਟ ਹਲਕੇ ਤੋਂ MLA ਬਣਿਆ ਸੀ ਔਰ ਉਹਨੇ ਅਗਰ ਚੋਣ ਲੜਨੀ ਸੀ ਤਾਂ ਰਾਏਕੋਟ ਹਲਕੇ ਤੋਂ ਲੜਦਾ ਔਰ ਰਾਏਕੋਟ ਹਲਕੇ 'ਚੋਂ ਉਹਨੂੰ ਕੁਛ ਵੋਟਾਂ ਵੀ ਨਹੀਂ ਸੀ ਪੈਣੀਆਂ ਲੇਕਿਨ ਉਹ ਚੰਨੀ ਦੀ ਸਹਿ 'ਤੇ ਇੱਥੇ ਉਹ ਆਇਆ ਪਾਰਟੀ ਬਦਲ ਕੇ ਔਰ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਮੈਂ ਤੁਹਾਨੂੰ ਜਗਰਾਉਂ ਤੋਂ ਇਲੈਕਸ਼ਨ ਲੜਾਊਂਗਾ ਔਰ ਇਸ ਗੱਲ 'ਚ ਉਹ ਕਾਮਯਾਬ ਹੋ ਗਏ ਪਾਰਟੀ ਕਹਿੰਦੀ ਵੀ ਅਸੀਂ ਸਰਵੇ ਕਰਾ ਕੇ ਟਿਕਟਾਂ ਜਿਹੜੀਆਂ ਮੈਂ ਦਿੱਤੀਆਂ ਨੇ ਜਿਹੜਾ ਸਰਵੇ ਕਰਵਾਇਆ ਅਗਰ ਉਹ ਸਰਵੇ ਦੀ ਰਿਪੋਰਟ ਜਿਹੜੀ ਆ ਅਗਰ 10 ਬੰਦਿਆਂ ਤੋਂ 7 ਬੰਦੇ ਮੇਰੇ ਹੱਕ 'ਚ ਨਾ ਹੋਣ 100 ਬੰਦਿਆਂ 'ਚੋਂ 70 ਬੰਦੇ ਮੇਰੇ ਹੱਕ 'ਚ ਨਾ ਹੋਣ ਤਾਂ ਜਿਹਨੂੰ ਮਰਜ਼ੀ ਟਿਕਟ ਦੇ ਦੇਣ ਔਰ ਇਹ ਵੀ ਮੈਂ ਕਹਿਣਾ ਚਾਹੁੰਦਾ ਜਿਹੜੇ ਹੋਰ ਵੀ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੀ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਨੇ ਉਹ ਟਿਕਟ ਮੰਗਦੇ ਸੀ ਉਹਨਾਂ ਵਿੱਚੋਂ ਕਿਸੇ ਨੂੰ ਮਿਲ ਜਾਂਦੀ ਸਾਨੂੰ ਕੋਈ ਇਤਰਾਜ਼ ਨਹੀਂ ਸੀ ਇਹ ਬੰਦਾ 4 ਦਾ ਪ੍ਰਾਇਮਰੀ ਮੈਂਬਰ ਵੀ ਹੈ ਨਹੀਂ ਔਰ ਉਹਨੂੰ ਟਿਕਟ ਦਿੱਤੀ ਆ ਪਰ ਬਿੱਟੀ ਨੇ ਵੀ ਬਗਾਵਤ ਕਰ ਦਿੱਤੀ ਉਹ ਕਹਿੰਦੇ ਕਿ ਮੈਂ ਯਾਦ ਚੋਣਾਂ ਲੜਾਂਗੀ ਮੈਂ ਵੀ ਕੱਲ੍ਹ ਨੂੰ ਆਪਣੇ ਵਰਕਰਾਂ ਦੀ ਮੀਟਿੰਗ ਬੁਲਾਈ ਆ ਪੰਜਾਬ ਕਾਂਗਰਸ ਦੀ ਕੱਲ੍ਹ ਦੇਰ ਰਾਤ ਦੂਸਰੀ ਲਿਸਟ ਜਾਰੀ ਹੋਈ ਆ ਸੋ ਉਸ ਲਿਸਟ ਤੋਂ ਜਾਰੀ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਵਿੱਚ ਬਗਾਵਤ ਸ਼ੁਰੂ ਹੋ ਚੁੱਕੀ ਆ ਬਹੁਤ ਸਾਰੇ ਲੀਡਰ ਜਿਹੜੇ ਨੇ ਨਾਰਾਜ਼ ਹੋਣੇ ਸ਼ੁਰੂ ਹੋ ਚੁੱਕੇ ਨੇ ਸੋ ਮੇਰੇ ਨਾਲ ਮਲਕੀਤ ਸਿੰਘ ਦਾਖਾ ਨੇ ਜਿਹੜੇ ਕਿ ਜਗਰਾਉਂ ਹਲਕੇ ਤੋਂ ਟਿਕਟ ਜਿਹੜੀ ਮੰਗ ਰਹੇ ਸੀਗੇ ਪਰ ਉਹਨਾਂ ਦੀ ਟਿਕਟ ਜਿਹੜੀ ਆ ਕੱਟ ਦਿੱਤੀ ਗਈ ਆ ਗੱਲਬਾਤ ਕਰ ਲੈਂਦੇ ਆ ਐਕਸ ਮਿਨਿਸਟਰ ਵੀ ਰਹੇ ਨੇ ਮਲਕੀਤ ਸਿੰਘ ਦਾਖਾ ਜੀ ਦਾਖਾ ਜੀ ਟਿਕਟ ਕੱਟੀ ਗਈ ਆ ਤੁਸੀਂ ਟਿਕਟ ਦੀ ਡਿਮਾਂਡ ਕੀਤੀ ਸੀ ਜਗਰਾਉਂ ਹਲਕੇ ਤੋਂ ਸੋ ਕਿਸ ਤਰ੍ਹਾਂ ਦੇਖਦੇ ਹੋ 2017 ਦੇ ਵਿੱਚ ਮੈਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜਿਆ ਸੀ ਹਲਕਾ ਜਗਰਾਉਂ 'ਤੇ ਔਰ ਉਸ ਵੇਲੇ ਮੈਂ ਗਿੱਲ ਹਲਕੇ 'ਚ ਕੰਮ ਕਰਦਾ ਸੀ ਮੈਨੂੰ ਗਿੱਲ ਹਲਕੇ ਤੋਂ ਸ਼ਿਫਟ ਕਰਕੇ ਜਗਰਾਉਂ ਭੇਜ ਦਿੱਤਾ ਗਿਆ ਬਹੁਤ ਥੋੜ੍ਹਾ ਸਮਾਂ ਸੀ ਔਰ ਕਾਗਜ਼ ਭਰਨ ਵਾਸਤੇ ਵੀ ਇੱਕ ਦਿਨ ਬਾਕੀ ਸੀ ਔਰ ਭਾਵੇਂ ਮੈਂ ਉਸ ਵੇਲੇ ਚੋਣ ਲੜ ਕੇ ਚੋਣ ਹਾਰ ਗਿਆ ਲੇਕਿਨ ਮੈਂ ਹੌਸਲਾ ਨਹੀਂ ਹਾਰਿਆ ਪੂਰੇ 5 ਸਾਲ ਮੈਂ ਲੋਕਾਂ ਵਿੱਚ ਵਿਚਰਦਾ ਰਿਹਾ ਉਹਨਾਂ ਦੇ ਹਰ ਦੁੱਖ ਸੁੱਖ ਦਾ ਭਾਈਵਾਲ ਬਣਿਆ ਔਰ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚੋਂ ਡਿਵੈਲਪਮੈਂਟ ਕਰਾਉਣ ਵਾਸਤੇ ਪੈਸਾ ਲਿਆ ਕੇ ਔਰ ਭਾਵੇਂ ਸ਼ਹਿਰ ਸੀ ਜਾਂ ਪਿੰਡ ਸੀ 81 ਪਿੰਡ ਨੇ 23 ਵਾਰਡ ਨੇ ਸ਼ਹਿਰ ਦੇ ਔਰ ਜਦੋਂ ਉੱਥੇ ਚੋਣਾਂ ਹੋਈਆਂ ਭਾਵੇਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਮਿਊਂਸੀਪਲ ਕਮੇਟੀ ਦੀਆਂ ਚੋਣਾਂ ਹੋਈਆਂ ਮੈਂ ਲੋਕਾਂ ਦੇ ਸਹਿਯੋਗ ਦੇ ਨਾਲ ਪੂਰੀ ਮਿਹਨਤ ਕਰਕੇ ਉਹਦੇ ਵਿੱਚ ਬਹੁਤ ਸਾਰੇ ਸਾਡੇ ਸਰਪੰਚ ਬਣੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ 3 ਬਣੇ ਬਲਾਕ ਸੰਮਤੀ ਦੇ 25 ਦੇ ਵਿੱਚੋਂ 21 ਮੈਂਬਰ ਸਾਡੇ ਬਣੇ ਔਰ 23 ਵਾਰਡ ਨੇ ਸਾਰੇ ਜਗਰਾਉਂ ਸ਼ਹਿਰ ਦੇ ਉਹਦੇ ਵਿੱਚ 17 ਸਾਡੀ ਕਾਂਗਰਸ ਪਾਰਟੀ ਦੀ ਟਿਕਟ 'ਤੇ ਜਿੱਤੇ ਔਰ 2 ਸਾਡੇ ਨਾਲ ਹੋਰ ਆਜ਼ਾਦ ਬੰਦੇ ਸਾਡੇ ਨਾਲ ਆਏ ਔਰ ਜਦੋਂ ਲੋਕ ਸਭਾ ਦੀ ਚੋਣ ਹੋਈ ਬਿੱਟੂ ਦੀ 2019 ਦੀ ਜਿਹੜੀ ਸੀਟ 39,000 'ਤੇ ਹਾਰੀ ਹੋਈ ਸੀ ਉਹਨੂੰ ਅਸੀਂ 9700 ਸੀਟ 'ਤੇ ਆਪਣੇ ਵੋਟਾਂ ਦੇ ਫਰਕ ਨਾਲ ਅਸੀਂ ਉਹਨੂੰ ਜਿਤਾਇਆ ਲੀਡ 'ਤੇ ਔਰ ਪੂਰੇ 9 ਹਲਕੇ ਨੇ ਵਿਧਾਨ ਸਭਾ ਦੇ ਲੋਕ ਸਭਾ ਦੇ ਵਿੱਚ ਸਾਰੇ ਨਾਲੋਂ ਜ਼ਿਆਦਾ ਲੀਡ ਜਿਹੜੀ ਆ ਜਗਰਾਉਂ ਹਲਕੇ ਤੋਂ ਹੋਈ ਸੀ ਔਰ ਇਹ ਮੈਂ ਸਮਝਦਾ ਕਿ ਇੱਥੇ ਮੇਰਾ ਜਿਹੜਾ ਹੱਕ ਬਣਦਾ ਸੀ ਔਰ ਲੋਕ ਮੈਨੂੰ ਪਿਆਰ ਕਰਦੇ ਸੀ ਸਤਿਕਾਰ ਕਰਦੇ ਸੀ ਔਰ ਲੋਕਾਂ ਦੀ ਆਵਾਜ਼ ਸੀ ਵੀ ਤੁਹਾਨੂੰ ਟਿਕਟ ਮਿਲਣੀ ਚਾਹੀਦੀ ਹੈ ਇਹ ਕਾਂਗਰਸ ਪਾਰਟੀ ਦੀ ਸੀਟ ਜਿਹੜੀ ਆ ਤੁਸੀਂ ਜਿੱਤ ਕੇ ਝੋਲੀ 'ਚ ਪਾ ਸਕਦੇ ਹੋ ਇਸ ਵੇਲੇ ਮੇਰੇ ਨਾਲ ਬੇਇਨਸਾਫੀ ਹੋਈ ਆ ਔਰ ਜਿਹੜੇ ਸਰਦਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਨੇ ਉਹਨਾਂ ਨੇ ਜਿਹੜਾ ਆਮ ਆਦਮੀ ਪਾਰਟੀ ਦਾ ਭਗੌੜਾ ਜਿਹੜਾ ਰਾਏਕੋਟ ਹਲਕੇ ਤੋਂ MLA ਬਣਿਆ ਸੀ ਔਰ ਉਹਨੇ ਅਗਰ ਚੋਣ ਲੜਨੀ ਸੀ ਤਾਂ ਰਾਏਕੋਟ ਹਲਕੇ ਤੋਂ ਲੜਦਾ ਔਰ ਰਾਏਕੋਟ ਹਲਕੇ 'ਚ ਉਹਨੂੰ ਕੁਛ ਵੋਟਾਂ ਵੀ ਨਹੀਂ ਸੀ ਪੈਣੀਆਂ ਲੇਕਿਨ ਉਹ ਚੰਨੀ ਦੀ ਸਹਿ 'ਤੇ ਇੱਥੇ ਉਹ ਆਇਆ ਪਾਰਟੀ ਬਦਲ ਕੇ ਔਰ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਮੈਂ ਤੁਹਾਨੂੰ ਜਗਰਾਉਂ ਤੋਂ ਇਲੈਕਸ਼ਨ ਲੜਾਊਂਗਾ ਔਰ ਇਸ ਗੱਲ 'ਚ ਉਹ ਕਾਮਯਾਬ ਹੋ ਗਏ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਹਾਈਕਮਾਂਡ ਨੂੰ ਕਿਉਂਕਿ ਮੈਨੂੰ ਆਪਣੇ ਹਲਕੇ ਵਿੱਚੋਂ ਸਾਰੇ ਮੈਂਬਰਾਂ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਮਤੀਆਂ ਦੇ ਸਰਪੰਚਾਂ ਦੇ ਟੈਲੀਫੋਨ ਆ ਰਹੇ ਨੇ ਜਿਹੜੇ ਸਾਡੇ ਵਾਰਡਾਂ ਦੇ ਕੌਂਸਲਰ ਨੇ ਪ੍ਰਧਾਨ ਆ ਸਾਡਾ ਮਿਊਂਸੀਪਲ ਕਮੇਟੀ ਦਾ ਔਰ ਉਹ ਸਾਰੇ ਬੰਦੇ ਮੇਰੇ ਨਾਲ ਨੇ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਸ 'ਤੇ ਮੁੜ ਵਿਚਾਰ ਕੀਤਾ ਜਾਵੇ ਅਗਰ ਇਹ ਕਾਂਗਰਸ ਪਾਰਟੀ ਨੇ ਸੀਟ ਜਿੱਤਣੀ ਆ ਤਾਂ ਇਹ ਜਿਹੜੀ ਆ ਟਿਕਟ ਮੈਨੂੰ ਦਿੱਤੀ ਜਾਵੇ ਤਾਂ ਕਿ ਮੈਂ ਇੰਨੇ ਸਮੇਂ ਤੋਂ ਕੰਮ ਕਰ ਰਿਹਾ ਔਰ ਪਾਰਟੀ ਕਹਿੰਦੀ ਹੈ ਕਿ ਅਸੀਂ ਸਰਵੇ ਕਰਾ ਕੇ ਟਿਕਟਾਂ ਜਿਹੜੀਆਂ ਮੈਂ ਦਿੱਤੀਆਂ ਨੇ ਹੁਣ ਜਿਹੜਾ ਸਰਵੇ ਕਰਵਾਇਆ ਅਗਰ ਉਹ ਸਰਵੇ ਦੀ ਰਿਪੋਰਟ ਜਿਹੜੀ ਆ ਅਗਰ 10 ਬੰਦਿਆਂ ਤੋਂ 7 ਬੰਦੇ ਮੇਰੇ ਹੱਕ 'ਚ ਨਾ ਹੋਣ 100 ਬੰਦਿਆਂ 'ਚੋਂ 70 ਬੰਦੇ ਮੇਰੇ ਹੱਕ 'ਚ ਨਾ ਹੋਣ ਤਾਂ ਜਿਹਨੂੰ ਮਰਜ਼ੀ ਟਿਕਟ ਦੇ ਦੇਣ ਔਰ ਇਹ ਵੀ ਮੈਂ ਕਹਿਣਾ ਚਾਹੁੰਦਾ ਜਿਹੜੇ ਹੋਰ ਵੀ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੀ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਨੇ ਉਹ ਟਿਕਟ ਮੰਗਦੇ ਸੀ ਉਹਨਾਂ ਵਿੱਚੋਂ ਕਿਸੇ ਨੂੰ ਮਿਲ ਜਾਂਦੀ ਸਾਨੂੰ ਕੋਈ ਇਤਰਾਜ਼ ਨਹੀਂ ਸੀ ਇਹ ਬੰਦਾ 4 ਦਾ ਪ੍ਰਾਇਮਰੀ ਮੈਂਬਰ ਵੀ ਹੈ ਨਹੀਂ ਔਰ ਉਹਨੂੰ ਟਿਕਟ ਦਿੱਤੀ ਆ ਔਰ ਜਿਹੜੀ ਆਮ ਆਦਮੀ ਪਾਰਟੀ ਦਾ ਜਿਹੜਾ ਉਹ ਭਗੌੜਾ ਉਹਨੂੰ ਕਾਂਗਰਸ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਜਦੋਂ ਮਰਜ਼ੀ ਫਿਰ ਇਹਨੂੰ ਛੱਡ ਕੇ ਵੀ ਜਾ ਸਕਦਾ ਇਸ ਕਰਕੇ ਇਹ ਸਾਡੇ ਨਾਲ ਬੇਇਨਸਾਫੀ ਹੋਈ ਆ ਇਕੱਲੇ ਇਸ ਹਲਕੇ 'ਚ ਨਹੀਂ ਹੋਰ ਹਲਕਿਆਂ ਦੇ ਵਿੱਚ ਵੀ ਬੜੇ ਤੂਫਾਨ ਆਏ ਪਏ ਨੇ ਬੜੀ ਬਗਾਵਤ ਬਿੱਟੀ ਨੇ ਵੀ ਬਗਾਵਤ ਕਰ ਦਿੱਤੀ ਉਹ ਕਹਿੰਦੀ ਕਿ ਮੈਂ ਯਾਦ ਚੋਣਾਂ ਲੜਾਂਗੀ ਮੈਂ ਵੀ ਕੱਲ੍ਹ ਨੂੰ ਆਪਣੇ ਵਰਕਰਾਂ ਦੀ ਮੀਟਿੰਗ ਬੁਲਾਈ ਆ ਔਰ ਉਹਨਾਂ ਨਾਲ ਸਲਾਹ ਕਰਕੇ
अगली जिहड़ी रणनीति है वह तैयार करांगे। अगर वह मैनूं कहणगे तुसीं चोण लड़ो तो मैं आजाद चोण लड़ांगा, मैं किसी पार्टी शामिल नहीं होवांगा, क्योंकि मैं टकसाली कांग्रेस पार्टी का वर्कर हाँ। मैं सरदार बेअंत सिंह दे नाल 40 साल तो काम किया अतवाद के समय के विच भी, आ जिहड़ी मेरी जिंदगी है भी हुण बोनस की जिंदगी आ, नहीं तो हुण नूं कितना कितने मरे मारे पए होंदे। सो इस करके मेरे नाल जिहड़ा धक्का ते धोखा होया, सरदार अवनीत सिंह बिट्टू मैंबर पार्लीमेंट आ 9 हलकों के विचों, और उन्हां नाल भी कोई सलाह मशवरा नहीं किया गया टिकट देने तो पहला, और उन्होंने भी कहा सी कि भी अगर तुसीं सीट जितनी आ तां मलकीत सिंह दाखा नूं टिकट दिओ, पर पता नहीं यह की होया की नहीं होया परमात्मा जानता, पर मैं समझदा कि धक्का होया। किस तरह की टिकटा कटना की कारण की समझते हो तुसीं? ਇਹ ਜਿਹੜੇ ਬੰਦੇ ਨਵੇਂ ਲਿਆ ਕੇ ਚਾਹੁੰਦੇ ਨੇ ਕਿ ਵੀ ਸਾਡੇ ਮਗਰ ਹੱਥ ਖੜੇ ਕਰਨ ਵਾਲੇ ਚਾਹੀਦੇ ਨੇ, ਅਸੀਂ ਟਕਸਾਲੀ ਬੰਦੇ ਹਾਂ, ਅਸੀਂ ਚੰਨੀ ਨਾਲੋਂ ਵੀ ਸੀਨੀਅਰ ਹਾਂ। ਪਿਛਲੀ ਵਾਰੀ ਵੀ ਜਦੋਂ ਸਾਨੂੰ ਟਿਕਟਾਂ ਮਿਲ ਰਹੀਆਂ ਸੀ ਮੈਨੂੰ ਤੇ ਤਰਲੋਚਨ ਸਿੰਘ ਸੂਣ ਨੂੰ ਬੰਗਿਆਂ ਤੋਂ, ਉਸ ਵੇਲੇ ਵੀ ਚੰਨੀ ਸਾਡੀ ਮੁਖਾਲਫਤ ਕਰਦਾ ਸੀ ਕਿਉਂਕਿ ਇਹ ਪਹਿਲਾਂ ਤਾਂ ਆਜ਼ਾਦ ਜਿੱਤ ਕੇ ਇਹ ਆਪਣੇ ਅਕਾਲੀ ਦਲ ਚਲਾ ਗਿਆ, ਔਰ ਇਹ ਤਾਂ ਦੂਸਰੀ ਵਾਰੀ ਬਣਿਆ ਸੀ, ਅਸੀਂ ਤੀਸਰੀ ਵਾਰੀ ਬਣਨਾ ਸੀ। ਇਹ ਸਮਝਦੇ ਸੀ ਵੀ ਮੇਰੇ ਰਸਤੇ 'ਚ ਰੋੜਾ ਨੇ ਇਹ, ਔਰ ਇਸ ਕਰਕੇ ਚਲੋ ਸਾਡੀ ਬਦਕਿਸਮਤੀ ਮੈਨੂੰ ਟਿਕਟ ਤਾਂ ਮਿਲ ਗਈ ਲੇਕਿਨ ਮੈਂ ਹਾਰ ਗਿਆ, ਔਰ ਤਰਲੋਚਨ ਸੋਹਣ ਨੂੰ ਤਾਂ ਟਿਕਟ ਵੀ ਨਹੀਂ ਸੀ ਮਿਲੀ, ਔਰ ਉਹਦੇ ਫਾਦਰ ਚੌਧਰੀ ਜਗਤ ਰਾਮ ਜਿਹੜੇ ਸ਼ਹੀਦ ਹੋਏ ਨੇ ਕਾਂਗਰਸ ਪਾਰਟੀ ਦੇ ਵਿੱਚ ਅੱਤਵਾਦ ਦੇ ਸਮੇਂ ਵਿੱਚ, ਉਹਨੂੰ ਵੀ ਇਗਨੋਰ ਕੀਤਾ ਗਿਆ। ਹੁਣ ਵੀ ਬਹੁਤ ਸਾਰੇ ਸਿਟਿੰਗ MLA ਦੀਆਂ ਟਿਕਟਾਂ ਇਹਨਾਂ ਨੇ ਕੱਟੀਆਂ ਨੇ ਜਿਹੜੇ ਟਕਸਾਲੀ ਕਾਂਗਰਸੀ ਨੇ। ਇਹ ਮੈਂ ਸਮਝਦਾ ਕਿ ਕਾਂਗਰਸ ਦਾ ਕਲਚਰ ਨਹੀਂ ਹੈਗਾ, ਇਹ ਬੰਦੇ ਕਾਂਗਰਸ ਨੂੰ ਪਿਆਰ ਕਰਨ ਵਾਲੇ ਬੰਦੇ ਨਹੀਂ, ਇਹ ਕੁਰਸੀ ਨੂੰ ਪਿਆਰ ਕਰਨ ਵਾਲੇ ਬੰਦੇ ਨੇ। ਇਹਨਾਂ ਤੋਂ ਬਚਣ ਦੀ ਲੋੜ ਆ, ਇਹਨਾਂ ਤੋਂ ਪੰਜਾਬ ਨੂੰ ਬਚਾਉਣ ਦੀ ਲੋੜ ਆ। ਹਾਈਕਮਾਂਡ ਤੱਕ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤੁਸੀਂ? ਹਾਈਕਮਾਂਡ ਤੱਕ ਗੱਲ ਪਹੁੰਚਾ ਰਹੇ ਹਾਂ ਜੀ, ਆਹ ਤੁਹਾਡੇ ਥਰੂ ਵੀ ਤੁਹਾਡੇ ਜ਼ਰੀਏ ਚੈਨਲ ਦੇ ਜ਼ਰੀਏ ਲੋਕਾਂ 'ਚ ਵੀ ਇਹ ਗੱਲ ਪਹੁੰਚਾ ਰਹੇ ਹਾਂ। ਹਾਈਕਮਾਂਡ ਨੂੰ ਵੀ ਇਹ ਬੇਨਤੀ ਕਰਦੇ ਹਾਂ, ਔਰ ਇਹ ਗੱਲ ਜਿਹੜੀ ਆ ਮੀਡੀਆ ਦੇ ਜ਼ਰੀਏ ਜਿਹੜੀ ਟਿਕਟ ਕੱਟ ਕੇ ਤੁਹਾਨੂੰ ਦੇ ਦਿੱਤੀ ਜਾਊਗੀ। ਹਾਈਕਮਾਂਡ ਵੀ ਇਸ ਤਰ੍ਹਾਂ ਹੋਇਆ ਸੀ, ਪਿਛਲੀ ਵਾਰੀ ਵੀ ਹੋਇਆ ਸੀਗਾ, ਪਿਛਲੀ ਵਾਰੀ ਵੀ 2-3 ਦਿਨ ਪਹਿਲਾਂ ਟਿਕਟ ਕਿਸੇ ਹੋਰ ਨੂੰ ਦਿੱਤੀ ਗਈ ਸੀ ਗੇਜਾ ਰਾਮ ਜੀ ਨੂੰ, ਔਰ ਉਹ ਵੀ ਬਾਹਰੋਂ ਆਏ ਸੀਗੇ, ਔਰ ਮੇਰਿਆਂ ਦੇ ਰਿਸ਼ਤੇਦਾਰੀਆਂ ਨੇ ਜਗਰਾਉਂ ਦੇ ਵਿੱਚ ਮੇਰਾ ਲੈਣ ਆਪਣੇ ਉੱਥੇ ਲਗਾਤਾਰ ਆਉਣ ਜਾਣਾ, ਸਾਡੇ ਉੱਥੇ ਸਾਰੇ ਸਹਿਚਾਰ ਤਲਕਾ 5 ਸਾਲ ਤੋਂ ਹੁਣ ਤਾਂ ਮੈਂ ਲਗਾਤਾਰ ਕੰਮ ਕਰ ਰਿਹਾ ਉੱਥੇ। ਸੋ ਹੁਣ ਫੈਸਲਾ ਕੀ ਆ, ਆਜ਼ਾਦ ਲੜਨ ਦਾ ਹੈਗਾ? ਨਹੀਂ, ਉਹਦਾ ਕੱਲ੍ਹ ਫੈਸਲਾ ਕਰਾਂਗੇ, ਜੋ ਸਾਡੇ ਵਰਕਰ ਸਾਥੀ ਸਾਡੇ ਜਿਹੜੇ ਨੇ ਉਹ ਸਲਾਹ ਦੇਣਗੇ, ਅਗਰ ਉਹ ਕਹਿਣਗੇ ਉਹੀ ਫੈਸਲਾ ਮੰਨਾਂਗੇ, ਲੜਾਂਗੇ ਜੇ ਕਹਿਣਗੇ ਆਜ਼ਾਦ ਲੜਨਾ। ਹਾਂ, ਜੇ ਕਹਿਣਗੇ ਤਾਂ। ਸੋ ਇਹ ਸਨ ਮਲਕੀਤ ਸਿੰਘ ਦਾਖਾ, ਸੋ ਕਹਿ ਰਹੇ ਨੇ ਕਿ ਪਾਰਟੀ ਨੇ ਜੋ ਫੈਸਲੇ ਦਿੱਤੇ ਨੇ ਉਹ ਗਲਤ ਫੈਸਲੇ ਨੇ। ਸੋ ਆਜ਼ਾਦ ਲੜਨ ਦਾ ਵੀ ਜਿਹੜਾ ਵਾ ਪਾਰਟੀ ਨੂੰ ਹੁਕਮ ਦੇ ਦਿੱਤਾ ਕਿ ਅਗਰ ਸਰਕਾਰ ਨੇ ਇਹਨਾਂ ਨੂੰ ਟਿਕਟ ਪਾਰਟੀ ਨੂੰ ਟਿਕਟ ਨਾ ਦਿੱਤੀ ਤਾਂ ਆਜ਼ਾਦ ਉਮੀਦਵਾਰ ਤੇ ਜਗਰਾਓ ਹਲਕੇ 'ਚ ਪ੍ਰਚਾਰ ਕਰਨਗੇ ਤੇ ਉੱਥੇ ਚੋਣ ਲੜਨਗੇ। ਕੈਮਰਾਮੈਨ ਰਕੇਸ਼ ਦੇ ਨਾਲ ਨਰਿੰਦਰ ਬਹਿੰਦੂ, ਜਗਮਨ ਟੀਵੀ ਲੁਧਿਆਣਾ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।